ਹਾਂਜੀ, ਗੋਲਡਨ ਗੋਲੀ ਜਿਹੜੀ ਆ ਉਹ ਤਿਆਰ ਕਰ ਰਹੇ ਹਾਂ, ਨਾਲ ਨਾਲ ਵੀਰਾਂ ਨਾਲ ਕੁਝ ਗੱਲਾਂ ਸ਼ੇਅਰ ਕਰਦੇ ਹਾਂ। ਚਲੋ, ਅੱਖੀਂ ਤਾਂ ਆਪਾਂ ਵੀ ਨਹੀਂ ਦੇਖਿਆ, ਇਤਿਹਾਸ ਦੇ ਵਿੱਚ ਗ੍ਰੰਥਾਂ ਦੇ ਵਿੱਚ ਪੜ੍ਹਿਆ, ਜੋ ਤੁਹਾਨੂੰ ਆਪਾਂ ਅੱਜ ਦੱਸਾਂਗੇ। ਤੁਹਾਨੂੰ ਸਾਰਿਆਂ ਨੂੰ ਜਿਵੇਂ ਪਤਾ ਵੀਰਾਂ ਨੂੰ ਕਿ ਧਨਵੰਤਰੀ ਵੈਦ ਸਭ ਤੋਂ ਪਹਿਲਾਂ ਜਿਹੜੇ ਵੈਦ ਹੋਏ ਸੀ, ਧਨਵੰਤਰੀ ਵੈਦ ਹੋਏ ਸੀ, ਜਿੱਥੋਂ ਆਯੁਰਵੈਦਿਕ ਸ਼ੁਰੂ ਹੋਇਆ। ਸੁਣਿਆ ਕਿ ਧਨਵੰਤਰੀ ਵੈਦ ਦੀ ਜਿੱਥੋਂ ਤੱਕ ਵੀ ਨਿਗਾਹ ਚਲੇ ਜਾਂਦੀ ਸੀ ਨਾ, ਜਿੰਨੀ ਜਿੰਨੀ ਦੂਰ ਤੱਕ ਉਹਦੀ ਨਿਗਾਹ ਜਾਂਦੀ ਸੀ, ਉੱਥੋਂ ਤੱਕ ਕੋਈ ਵੀ ਰੋਗੀ ਨਹੀਂ ਸੀ ਰਹਿੰਦਾ, ਕੋਈ ਵੀ ਬਿਮਾਰ ਨਹੀਂ ਸੀ ਰਹਿੰਦਾ, ਨਿਗਾਹ ਦੇ ਨਾਲ ਹੀ ਜਿਹੜੇ ਆ ਉਹ ਠੀਕ ਹੋ ਜਾਂਦੇ ਸੀ। ਅਤੇ ਜਦੋਂ ਸਤਯੁਗ ਖਤਮ ਹੋਇਆ, ਸਤਯੁਗ ਦਾ ਆਖਰੀ ਜਿਹੜਾ ਰਾਜਾ ਸੀ ਉਹ ਰਾਜਾ ਪ੍ਰੀਸ਼ਤ ਸੀ। ਅਤੇ ਰਾਜੇ ਪ੍ਰੀਸ਼ਤ ਨੂੰ ਪਹਿਲਾਂ ਹੀ ਕਿਸੇ ਨੇ ਦੱਸਤਾ ਸੀ ਰਿਸ਼ੀ ਮੁਨੀ ਨੇ ਕਿ ਤੇਰੀ ਜਿਹੜੀ ਮੌਤ ਹੋ ਜਾਣੀ ਆ, ਅਤੇ ਤੈਨੂੰ ਜਿਹੜਾ ਵਾ ਤਕਸ਼ਕ ਨਾਗ ਨੇ ਡੱਸਣਾ ਵਾ, ਅਤੇ ਉਹਦੇ ਡੱਸਣ ਦੇ ਨਾਲ ਤੇਰੀ ਮੌਤ ਹੋਣੀ ਆ। ਅਤੇ ਆਉਂਦੇ ਆ ਗਏ ਇੱਕ ਬੰਨੇ ਤਕਸ਼ਕ ਨਾਗ ਜਿਹੜਾ ਵਾ ਉਹ ਉਹਨੂੰ ਡੱਸਣ ਤੁਰ ਪਿਆ, ਅਤੇ ਦੂਜੇ ਬੰਨੇ ਧਨਵੰਤਰੀ ਵੈਦ ਉਹਨੂੰ ਬਚਾਉਣ ਵਾਸਤੇ ਤੁਰ ਪਿਆ। ਜਦੋਂ ਰਸਤੇ ਦੇ ਵਿੱਚ ਦੋਵੇਂ ਮਿਲੇ, ਅਤੇ ਤਕਸ਼ਕ ਨਾਗ ਨੇ ਸੋਚਿਆ ਕਿ ਚਲੋ ਨਾਂ ਤਾਂ ਬੜਾ ਸੁਣਿਆ ਧਨਵੰਤਰੀ ਵੈਦ ਦਾ, ਪਰਖ ਲਈਏ ਇਹਨੂੰ ਵੀ ਇਹ ਕਿੱਦਾਂ ਰਾਜੇ ਨੂੰ ਬਚਾ ਲੂਗਾ, ਜੇ ਮੈਂ ਡੰਗ ਮਾਰਤਾ ਮੇਰਾ ਡੰਗਿਆ ਤਾਂ ਕੋਈ ਪੁੱਛਦਾ ਹੀ ਨਹੀਂ ਆ, ਚਲੋ ਇਹਨੂੰ ਪਰਖਦੇ ਹਾਂ। ਤਕਸ਼ਕ ਨਾਗ ਨੇ ਆਉਂਦੇ ਆ ਵੀ ਰੁੱਖ ਹੀ ਲੱਗੇ, ਪਤਾ ਨਹੀਂ ਟਾਹਲੀ ਦਾ ਇਹ ਕਿੱਕਰ ਦਾ ਕਦਾ ਰੁੱਖ ਹੀ, ਉਸ ਰੁੱਖ ਦੇ ਉੱਤੇ ਫੂਕ ਮਾਰੀ ਅਤੇ ਰੁੱਖ ਨੂੰ ਬਿਲਕੁਲ ਸਾੜ ਕੇ ਐਂ ਬਿਲਕੁਲ ਸਕਾਤਾ, ਅਤੇ ਧਨਵੰਤਰੀ ਵੈਦ ਨੇ ਉਹ ਰੁੱਖ ਜਿਹੜਾ ਦੁਬਾਰਾ ਹਰਿਆ ਕਰਤਾ। ਇੰਨੀ ਜ਼ਿਆਦਾ ਮਤਲਬ ਪਾਵਰ ਹੀ ਧਨਵੰਤਰੀ ਵੈਦ ਦੇ ਵਿੱਚ। ਅਤੇ ਫਿਰ ਤਕਸ਼ਕ ਨਾਗ ਨੇ, ਚਲੋ ਜਿਹੜੀ ਲਿਖੀ ਹੁੰਦੀ ਆ ਜਿੱਦਾਂ ਉਹਦੇ ਉਹਨੇ ਉੱਦਾਂ ਜਾਣਾ ਹੀ ਹੁੰਦਾ, ਅਤੇ ਤਕਸ਼ਕ ਨਾਗ ਨੇ ਆਉਂਦੇ ਵੀ ਧਨਵੰਤਰੀ ਨੂੰ ਕਿਹਾ ਕਿ ਪਰਮਾਤਮਾ ਦੇ ਕਾਰਜ ਦੇ ਵਿੱਚ ਵਿਘਨ ਨਾ ਪਾ, ਜਿਹਦੀ ਜਿੰਨੀ ਲਿਖੀ ਆ ਉਹਨੇ ਉਨੀ ਭੋਗਣੀ ਆ, ਅਤੇ ਮੈਨੂੰ ਜਾਣ ਦੇ, ਅਤੇ ਹੁਕਮ ਦੇ ਵਿੱਚ ਹੀ ਮੈਂ ਹਾਂ, ਅਤੇ ਇੱਦਾਂ ਨਾ ਕਰ। ਫਿਰ ਆਉਂਦੇ ਉਹ ਤਕਸ਼ਕ ਨਾਗ ਦੇ ਡੱਸਣ ਦੇ ਨਾਲ ਸਤਯੁਗ ਦਾ ਅਖੀਰਲਾ ਰਾਜਾ ਜਿਹੜਾ ਰਾਜਾ ਪ੍ਰੀਸ਼ਦ ਸੀ ਉਹਦੀ ਮੌਤ ਹੋਈ, ਉਹ ਤੋਂ ਬਾਅਦ ਫਿਰ ਜਿਹੜਾ ਵਾ ਉਹ ਕਲਯੁਗ ਆਇਆ। ਅਤੇ ਫਿਰ ਜਦੋਂ ਧਨਵੰਤਰੀ ਵੈਦ ਜੀ ਪੂਰੇ ਹੋਏ, ਜਦੋਂ ਉਹਨਾਂ ਨੇ ਸੰਸਾਰ ਆਉਂਦੇ ਛੱਡਿਆ, ਜਾਣਾ ਤਾਂ ਹਰੇਕ ਨੇ ਹੀ ਜਿੰਨੇ ਜਨਮ ਲੈ ਲਿਆ ਇੱਥੇ, ਰਹਿਣਾ ਤਾਂ ਕਿਸੇ ਨੇ ਵੀ ਨਹੀਂ ਆ, ਆਪਣੇ ਗੁਰੂ ਪੀਰ ਪੈਗੰਬਰ ਸਾਰੇ ਹੀ ਜਿੰਨੇ ਵੀ ਮਾਤ ਲੋਕ 'ਤੇ ਆਏ ਸਾਰੇ ਗਏ ਆ। ਫਿਰ ਆਉਂਦੇ ਜਦੋਂ ਧਨਵੰਤਰੀ ਵੈਦ ਨੇ ਸਰੀਰ ਛੱਡਿਆ, ਅਤੇ ਉਹਦੇ ਉਹਦਾ ਮਾਸ ਇੱਲਾਂ ਅਤੇ ਕੁੱਤਿਆਂ ਨੇ ਆਉਂਦੇ ਖਾਧਾ ਸੀ, ਲਿਖਿਆ ਵਾ ਚਲੋ ਸੁਣਿਆ ਆਪਾਂ, ਅਤੇ ਆਉਂਦੇ ਵੀ ਇੱਲਾਂ ਅਤੇ ਕੁੱਤਿਆਂ ਨੇ ਉਹਦਾ ਮਾਸ ਖਾਧਾ, ਅਤੇ ਇਹਨਾਂ ਦੇ ਵਿੱਚ ਵੀ ਇੱਲਾਂ ਅਤੇ ਕੁੱਤਿਆਂ ਦੇ ਵਿੱਚ ਵੀ ਇਹ ਪਾਵਰ ਹੈਗੀ ਆ ਵੀ ਕੁੱਤਾ ਵੀ ਕਿਸੇ ਵੀ ਜ਼ਖਮ ਨੂੰ ਚੱਟ ਦੇ ਉਹ ਜ਼ਖਮ ਠੀਕ ਹੋ ਜਾਂਦਾ। ਕਿਤੇ ਵੇਖੋਗੇ ਕੁੱਤੇ ਦੇ ਸਰੀਰ 'ਤੇ ਕਿਤੇ ਵੀ ਜ਼ਖਮ ਹੋਇਆ ਹੋਵੇ ਨਾ, ਉਹ ਆਪਣੀ ਜ਼ਬਾਨ ਨਾਲ ਚੱਟ ਲੈਂਦਾ ਅਤੇ ਉਹ ਜ਼ਖਮ ਠੀਕ ਹੋ ਜਾਂਦਾ। ਸਿਰਫ ਕੁੱਤਾ ਮਰਦਾ ਵਾ ਜਦੋਂ ਇਹਦੇ ਕੰਨ ਦੇ ਉੱਤੇ ਜਾਂ ਸਿਰ ਦੇ ਉੱਤੇ ਜਿੱਥੇ ਇਹਦੀ ਜ਼ਬਾਨ ਨਹੀਂ ਜਾਂਦੀ ਧੌਣ 'ਤੇ, ਉੱਥੇ ਕੀੜੇ ਪੈ ਕੇ ਮਰਦਾ ਵਾ, ਨਹੀਂ ਤਾਂ ਕਿਤੇ ਵੀ ਇਹਦੇ ਸਰੀਰ 'ਤੇ ਜ਼ਖਮ ਹੋ ਜਾ, ਜਿੱਥੇ ਇਹਦੀ ਜ਼ਬਾਨ ਚੱਲ ਜੇ ਇਹਨੂੰ ਕਦੀ ਕੀੜੇ ਨਹੀਂ ਪੈਂਦੇ, ਜ਼ਖਮ ਠੀਕ ਹੋ ਜਾਂਦਾ। ਠੀਕ ਆ ਜੀ, ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ।